ਮੈਂ ਹੁਣ ਜਾ ਕੇ ਨਹਾਉਂਦਾ ਵਾ ਤੇ ਦੁਪਹਿਰੇ ਗਿਆ ਸੀਗਾ ਮੈਂ ਉਹ ਜਿਹੜੀ ਆਪਣੀ ਹਾਂਜੀ ਜੋ ਬਰਸਨ ਵੱਡੀ ਦਾ ਵਾ ਉਹਦੇ ਨਾਲ ਦੀ ਜਿਹੜੀ ਸੀਗੀ ਆਪਣੀ ਦੁਹਾੜ ਉਹ ਕਣਕ ਵਾਲੀ ਉਹਦੇ ਸਾਹਮਣੇ ਜਿਹੜੀ ਲੀਹ ਸੀਗੀ ਉਹ ਸਾਰੀ ਪੱਟ ਕੇ ਅਤੇ ਕਣਕ ਵਾਲੀ ਦੁਹਾੜ 'ਚ ਖਿਲਾਰੀ ਆ ਕਣਕ ਆਪਾਂ ਗਾਹਲੀ ਆ ਵਿਹਲੀ ਪਈ ਸੀ ਉੱਥੇ ਖਿਲਾਰ ਦਿੱਤੀ ਅਤੇ ਬਾਕੀ ਜਿਹੜੇ ਕਣਕ ਦੀ ਬਰਸਨ ਦੀ ਦੋ ਕਨਾਲਾਂ ਸੀਗੀ ਉਹਦੇ ਅੱਗੇ ਵੀ ਨਾ ਮੱਥੇ ਤੋਂ ਸੜਕ ਸੀਗੀ ਉਹ ਵੀ ਪੱਟ ਕੇ ਆਪਾਂ ਖਿਲਾਰ ਦਿੱਤੀ ਆ ਅਤੇ ਵਲੋਗ ਮੈਂ ਉਦੋਂ ਇਸ ਕਰਕੇ ਬਣਾਇਆ ਗਰਮੀ ਬੜੀ ਸੀਗੀ ਅਤੇ ਮੈਂ ਇਕੱਲਾ ਹੀ ਸੀਗਾ ਅਤੇ ਬਾਕੀ ਫਿਰ ਮੈਂ ਇਕੱਲੇ ਫਸਿਆ ਸੀਗਾ ਮੈਂ ਇਸ ਕਰਕੇ ਨਾ ਵਲੋਗ ਨਹੀਂ ਬਣਾਇਆ ਸੀਗਾ ਹੁਣ ਸ਼ੁਰੂ ਕਰਦੇ ਹਾਂ ਵਾ ਅਤੇ ਬਾਕੀ ਉਹ ਦੁਹਾੜ ਵਾ ਕੇ ਆਇਆ ਸੀਗਾ ਨਾ ਜਿਹੜੀ ਕਣਕ ਵਾਲੀ ਉਹ ਹੁਣ ਸ਼ਾਮ ਨੂੰ ਜਾ ਕੇ ਰੋਟਰ ਫੇਰਨਾ ਧਾਰਾਂ ਤੋਂ ਕਢਾ ਦਿੰਦਾ ਵਾ ਅਤੇ ਜਾ ਕੇ ਰੋਟਰ ਫੇਰਿਆ ਨਾ ਆਪੂ ਕਹਿੰਦੇ ਉਦੋਂ ਹੀ ਫੇਰ ਦੇਣਾ ਸੀਗਾ ਮੈਂ ਕਿਹਾ ਵੀ ਜਦੋਂ ਗਰਮੀ ਵੀ ਲੱਗਣੀ ਆਪੂ ਕਹਿੰਦੇ ਹੁਣ ਘੱਟਾ ਬਣਾ ਉੱਡਣਾ ਪੈਲੀ ਸੌਗੀ ਹੋਣੀ ਥੱਲੋਂ ਪੱਟ ਕੇ ਉੱਤੇ ਆ ਗਈ ਨਾ ਉਦੋਂ ਫਿਰ ਮਾੜੀ ਮੋਟੀ ਕਿਤੇ ਗੱਲਾਂ ਗਿੱਲੀ ਗੁੱਲੀ ਹੋਊਗੀ ਅਤੇ ਆਪੂ ਕਹਿੰਦੇ ਹੁਣ ਉਦੀ ਸੌਗੀ ਹੋਣੀ ਆ ਇੱਕ ਅੱਜ ਗਰਮੀ ਬਹੁਤ ਆ ਪਸੀਨਾ ਆਈ ਜਾਂਦਿਆ ਵਾ ਅਤੇ ਆਪੂ ਕਹਿੰਦੇ ਹੁਣ ਘੱਟਾ ਬਣਾ ਉੱਡਣਾ ਸ਼ਾਮ ਨੂੰ ਮੈਂ ਕਿਹਾ ਕੋਈ ਫੈਰ ਨਹੀਂ ਚੱਲ ਜੂੰਗਾ ਬਾਕੀ ਟਰੈਕਟਰ ਨਹੀਂ ਧੋਤਾ ਅਤੇ ਉਹ ਵੀ ਹੁਣ ਧੋਣ ਵਾਲਾ ਹੋਇਆ ਬੜੇ ਵਾਰੀ ਕਹਿਤਾ ਧੋਣਾ ਧੋਣਾ ਧੋਤਾ ਹੈ ਨਹੀਂ ਅਤੇ ਬਾਕੀ ਜਦੋਂ ਮੈਂ ਦੁਪਹਿਰੇ ਪੈਲੀ ਬਣ ਗਿਆ ਸੀਗਾ ਅਤੇ ਉਹ ਨਾ ਉਹ ਹਲ ਦੀ ਫਾਲੀ ਟੁੱਟ ਗਈ ਇੱਕ ਜਿਹੜੀ ਫਾਲੀ ਹੁੰਦੀ ਆ ਜ਼ਮੀਨ 'ਚ ਵੜਦੀ ਉਹ ਟੁੱਟ ਗਈ ਅਤੇ ਉਹ ਤੋਂ ਬਾਅਦ ਜਿਹੜਾ ਉੱਤੇ ਸਪਰਿੰਗ ਹੁੰਦਾ ਹਾਲਿਆਂ ਹਲਾਂ ਦੇ ਜਾ ਕੇ ਸਪਰਿੰਗ ਨਹੀਂ ਦੋ ਹੁੰਦੇ ਉਹ ਇਹਨੇ ਤੋੜ ਕੇ ਪਰਾਂ ਮਾਰੇ ਆ ਅਤੇ ਬਾਕੀ ਕਿਉਂਕਿ ਪੈਲੀ ਬਹੁਤ ਸਖਤ ਸੀਗੀ ਉਹ ਚੇਲਾਂ ਹੀ ਪੱਟ ਪਾਉਂਦੀਆਂ ਸੀਗੀਆਂ ਅਤੇ ਟਰੈਕਟਰ ਰੋਕਦਾ ਸੀ ਟਰੈਕਟਰ ਤੈਰ ਸਲਿੱਪ ਮਾਰਦਾ ਸੀਗਾ ਮੈਂ ਹੱਥ ਵਾਲੀ ਰੇਸ ਖਿੱਚ ਦਿੱਤੀ ਇਹ ਫਿਰ ਖਿੱਚੇ ਇਹਨੇ ਹਾਲੇ ਦਾਨੇ ਉਹ ਆਏ ਧੂੜਾਂ ਪੱਟੀ ਗਿਆ ਹਲਾਂ ਦੀਆਂ ਚੇਪੇ ਪੱਟ ਪੱਟ ਫੁੱਤੀ ਗਿਆ ਮਿੱਟੀ 'ਤੇ ਅਤੇ ਉਸ ਤੋਂ ਬਾਅਦ ਮੈਂ ਵੀ ਅੱਗੇ ਗਿਆ ਨਾ ਮੈਂ ਵੀ ਮੋੜ ਕੇ ਉੱਦਾਂ ਸਿੱਧਾ ਕੀਤਾ ਕਿ ਖੜਾ 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 ਹੋਈ ਮੈਂ ਪਿੱਛੇ ਜਦ ਜਾ ਕੇ ਦੇਖਿਆ ਅਤੇ ਉਹ ਹਲਾਂ ਦਾ ਮੱਝਾਂ ਆ ਗਈਆਂ ਪੱਠੇ ਪੁੱਠੇ ਪਾ ਕੇ ਟਾਈਮ ਸੀ ਨਾ ਆਬੂ ਗਏ ਸੀ ਮੱਝਾਂ ਲੈਣ ਅਤੇ ਬਾਕੀ ਫਿਰ ਨਾ ਗੋਹਾ ਗੋਹਾ ਚੱਕਤਾ ਮੈਂ ਕਿਹਾ ਉਹ ਬਾਹਰ ਦਿਖਾਈ ਜਾਣਾ ਗੋਹਾ ਚੱਕਤਾ ਪੱਠੇ ਪਾ ਦਿੱਤੇ ਇਸ ਕਰਕੇ ਮੈਂ ਨਹੀਂ ਦਿਖਾਉਂਦਿਆ ਸੀਗਾ ਬਾਕੀ ਆਬੂ ਮੱਝਾਂ ਲੈ ਗਏ ਸੀ ਮੈਂ ਇਸ ਕਰਕੇ ਗੇਂਦ ਰੋਇਆ ਖੋਲਣ ਅਤੇ ਮੈਂ ਕਹਿੰਦਾ ਸੀ ਮੈਂ ਜੋ ਟਰੈਕਟਰ ਇੱਦਾਂ ਮੋੜਿਆ ਨਾ ਮੋੜ ਤੋਂ ਜਾ ਕੇ ਨਾ ਇੰਝ ਮੋੜਿਆ ਅਤੇ ਥੋੜ੍ਹੇ ਅੱਗੇ ਕਹਿੰਦੇ ਹਾਲਾ ਖੜਾ 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 ਕਰਨ ਲੱਗ ਪਏ ਮੈਂ ਪ੍ਰੋਗਰਾਮ ਸਮੇਂ ਵੜ ਗਿਆ ਜਦੋਂ ਮੈਂ ਉੱਤਰ ਕੇ ਦੇਖਿਆ ਅਤੇ ਉਹ ਸਪਰਿੰਗ ਉੱਤੋਂ ਦੋ ਲਹਿਦਾ ਹੋਏ ਨਿਕਲ ਕੇ ਇੱਕ ਟਾਇਰ ਤੋਂ ਹਾਲ ਇੱਦਾਂ ਫਿਰਦਾ ਹੁੰਦਾ ਉਹ ਇੰਝ ਹੋਇਆ ਸੀਗਾ ਅਤੇ ਉਸ ਤੋਂ ਬਾਅਦ ਫਾਲੀ ਦੇਖੀ ਫਾਲੀ ਮੈਂ ਉੱਥੇ ਨਹੀਂ ਦੇਖੀ ਹੈਗੀ ਫਾਲੀ ਜਿਵੇਂ ਇੱਥੇ ਹਾਲਾਂ ਲੱਗਣ ਵੇਲੀ ਮਰਿਆ ਉਦੋਂ ਦੇਖੀ ਅਤੇ ਉਸ ਤੋਂ ਬਾਅਦ ਫਿਰ ਮੈਂ ਹਾਲ ਹੁਲ ਲਾ ਗਿਆ ਮਰੱਬੇ ਫਿਰ ਕਰਾਹ ਉੱਥੇ ਪਿਆ ਸੀਗਾ ਕਰਾਹ ਲੈ ਕੇ ਆ ਫਿਰ ਕਰਾਹ ਕਰੂ ਅੱਗੇ ਪਿਆ ਲਾ ਕੇ ਆ ਜਿਹਦਾ ਕਰਾਹ ਸੀਗਾ ਭਾਈ ਦਾ ਆਪਣੇ ਪਿੰਡ ਦਾ ਹੀ ਸੀਗਾ ਅਤੇ ਕਰਾਹ ਉਹਦਾ ਲਾ ਕੇ ਆ ਮਤਲਬ ਦੁਪਹਿਰੇ ਚੰਗੀ ਮੱਤ ਵੱਜੀ ਆ ਅਤੇ ਟਰੈਕਟਰ ਉੱਤੇ ਚੰਗਾ ਘੱਟਾ ਪਿਆ ਵਾ ਅਤੇ ਹੁਣ ਆਪਾਂ ਧਾਰ ਕੋਲੋਂ ਕੱਢ ਕੇ ਚੱਲਦੇ ਹਾਂ ਰੋਟ ਲੈ ਕੇ ਜਾ ਕੇ ਰੋਟਾਂ ਮਾਰਦੇ ਹਾਂ ਅਤੇ ਆਪਾਂ ਨੂੰ ਪੁੱਛ ਲੈਂਦੇ ਜੇ ਤਵਾ ਕਿਸੇ ਵਾਟਰ ਨਾਲ ਲਾਉਣਾ ਅਤੇ ਤਵਾ ਪਿਆ ਉਹ ਤਵਾ ਵੀ ਕੱਸ ਲੈਂਦੇ ਤਵਾ ਵੀ ਲੈ ਜਾਵਾਂਗੇ ਠੀਕ ਹੈ ਉਹ ਕਿਉਂਕਿ ਉੱਦਾਂ ਨਹੀਂ ਤਵਾ ਲਿਆਉਣਾ ਕਿਉਂਕਿ ਤਵੇ ਨਾਲ ਇੱਕ ਸਾਈਡ ਬਹੁਤੀ ਲੱਗਣ ਲੱਗ ਜਾਂਦੀ ਘੱਟ ਲੱਗਦੀ ਆ ਜਿੱਧਰਲੀ ਸਾਈਡ ਤਵਾ ਕੱਸ ਹੋ ਜਾਂਦਾ ਉਹ ਸਾਈਡ ਭਾਰੀ ਹੋ ਜਾਂਦੀ ਆ ਕਿਉਂਕਿ ਤਵੇ ਦਾ ਭਾਰ ਵਾਹ ਵਾ ਜਾਣਾ ਦੂਸਰੀ ਸਾਈਡ ਫਿਰ ਘੱਟ ਲੱਗਦੀ ਆ ਇਸ ਕਰਕੇ ਫਿਰ ਗੋਡਾ ਨਾ ਵਾਵੇ ਕੱਸਣਾ ਪੈਂਦਾ ਇਸ ਫੇਰ ਤੇ ਹੀ ਚੱਲਦਾ ਵਾ ਅਤੇ ਜੇ ਆਪਾਂ ਨੇ ਕਹਿਣਾ ਵੀ ਕਿਸੇ ਨੂੰ ਨਹੀਂ ਆਪਾਂ ਮੰਨਣਾ ਹੈਗਾ ਤਵਾ ਵਾਟਰ ਨੂੰ ਫਿਰ ਆਪਾਂ ਤਵਾ ਨਹੀਂ ਲੈ ਕੇ ਜਾਣਾ ਫਿਰ ਰੋਟਰ ਸਹੀ ਫਿਰਦਾ ਵਾ ਬਾਕੀ ਤੋਂ ਵਾਟਰ ਵੀ ਆਉਂਦਾ ਹੀ ਆ ਫਿਰ ਹਵਾ ਵਾ ਵੀ ਚੱਲਣ ਦੇ ਦੁਪਹਿਰੇ ਮੈਂ ਟਰੈਕਟਰ ਲੈ ਗਿਆ ਤਾਂ ਹਵਾ ਵੀ ਬੰਦ ਹੋ ਗਈ ਅਤੇ ਧੁੱਪ ਵੀ ਉਦੋਂ ਨਿਕਲੀ ਪਹਿਲਾਂ ਬੱਦਲ ਜਿਹਾ ਹੋਇਆ ਸੀਗਾ ਅਤੇ ਬਾਕੀ ਸ਼ਾਰਟ ਸ਼ੁਰਟ ਹਜੇ ਤਾਂ ਕੱਸਣ ਵਾਲੀ ਪਈ ਆ ਸ਼ਾਰਟ ਕੱਸਦੇ ਹਾਂ ਅਤੇ ਫਿਰ ਇਹਨਾਂ ਨੂੰ ਬਾਅਦ 'ਚ ਲੈ ਕੇ ਚਲਾਂਗੇ ਅਤੇ ਹੋਰ ਬਸ ਇਹੀ ਨੁਕਸਾਨ ਹੋਇਆ ਅੱਜ ਦੀ ਦਿਹਾੜੀ 'ਤੇ
ਬਾਕੀ ਅੱਲਾ ਨਾ ਕਰੇ ਕੋਈ ਹੋਰ ਨੁਕਸਾਨ ਨਾ ਹੋਵੇ। ਅਤੇ ਟਰੈਕਟਰ ਵਾ ਵੀ ਗੰਦਾ ਹੋਇਆ ਸੀ ਅਤੇ ਕੁਛ ਵੀ ਨਹੀਂ ਹੋਣਾ ਜਿਹੜਾ ਇਹ ਜਾ ਘਟਾਏ ਦੇ ਉੱਤੇ ਹੋਰ ਪੈਣਾ ਵਾ ਸਹੀ ਗੰਦਾ ਤਾਂ ਉਦੋਂ ਇਹਨੇ ਹੋਣਾ। ਅਤੇ ਬਾਕੀ ਫਿਰ ਕੱਲ੍ਹ ਨੂੰ ਆਜ ਨੂੰ ਪਰਸੋਂ ਆਪਾਂ ਧੋ ਕੇ ਪਰਾਂ ਕਰਨਾ। ਧੋਣ ਮੈਂ ਇਸ ਕਰਕੇ ਨਹੀਂ ਦਿਆ ਹੈਗਾ ਕਿਉਂਕਿ ਵਲੋਗ ਬੜੇ ਪਏ ਮੋਬਾਈਲ ਦੇ ਵਿੱਚ, ਅੱਗੇ 4-5 ਵਲੋਗ ਬਣੇ ਪਹਿਲੇ ਪਏ ਆ ਵਿੱਚ ਬਣੇ, ਉਹੀ ਮੈਂ ਅਪਲੋਡ ਕਰਦਾ ਰਹਿੰਦਾ ਰੋਜ਼। ਅਤੇ ਇਸ ਕਰਕੇ ਜਿੱਦਣ ਇਹ ਸਾਰੇ ਅਪਲੋਡ ਹੋ ਗਏ ਉੱਦਣ ਆਪਾਂ ਟਰੈਕਟਰ ਧੋ ਦੇਣਾ। ਅਤੇ ਜੇ ਉਹ ਕਾਹਦੇ ਅਪਲੋਡ ਹੋਣੇ ਆ ਉਹ ਹੋਰ ਬਣ ਜਾਂਦੇ ਆ, ਜੋ ਹੋਰ ਕੋਈ ਕੰਮ ਆ ਜਾਂਦਾ ਫਿਰ ਮੈਂ ਉਹਦਾ ਵਲੋਗ ਬਣਾ ਦਿੰਦਾ। ਮੱਝਾਂ ਵਾਲੇ ਹੁਣ ਮੈਂ ਘੱਟ ਹੀ ਬਣਾਇਆ ਕਰਨੀ, ਅੱਗੇ ਮੱਝਾਂ ਵਾਲੇ ਵਲੋਗ ਬਹੁਤ ਚਾੜ ਦਿੱਤੇ ਨੈੱਟ ਦੇ ਉੱਤੇ। ਅਤੇ ਬਾਕੀ ਹੁਣ ਮੈਂ ਚੱਲਦਾ ਘਰ ਨੂੰ, ਜਾ ਕੇ ਪਾਣੀ ਪਾ, ਪਿਆਸ ਬੜੀ ਮਿੰਟ 'ਚ ਪਿਆਸ ਲੱਗ ਜਾਂਦੀ ਆ, ਅਤੇ ਥੋੜ੍ਹਾ ਜਿਹਾ ਕੰਮ ਕਰੋ ਨਾ ਪਿਆਸ ਲੱਗ ਜਾਂਦੀ। ਹੁਣ ਮੈਂ ਚੱਲਦਾ ਅਤੇ ਆ ਕੇ ਪਾਣੀ ਪੂਣੀ ਡਾ ਕੇ ਪੱਠੇ ਪਾ ਕੇ ਫਿਰ ਧਾਰਾਂ ਕਢਾ ਕੇ ਫਿਰ ਰੋਟਰ ਲੈ ਕੇ ਚੱਲਦੇ ਹਾਂ। ਤੜਕੇ ਬਲੈਕ ਕਾਫੀ ਪੀ ਕੇ ਲਾਈਵ ਹੋ ਜਾਂਦੀ ਹੋ, ਤੁਹਾਨੂੰ ਨਾ ਤਾਂ ਇਹ ਪਤਾ ਵੀ ਇਹ ਕਣਕ ਦਾ ਭਾਅ ਕੀ ਹੈ ਤੇ ਇਹ ਕਣਕ ਉਗਦੀ ਕਿਵੇਂ ਹੈ ਤੇ ਇਹ ਕਣਕ ਨੂੰ ਪਾਲਣ ਤੇ ਕਿੰਨਾ ਜ਼ੋਰ ਤੇ ਮਿਹਨਤ ਲੱਗਦੀ ਹੈ। ਠੀਕ ਹੈ ਨਾ, ਜੇ ਪੋਦੇ ਮਹੀਨੇ ਦੇ ਵਿੱਚ ਗਏ ਤੁਹਾਡੇ ਵਰਗੇ ਤੁਹਾਡੇ ਪਿਓਆਂ ਨੇ ਜਾਂ ਤੁਹਾਡੇ ਭਾਈਆਂ ਨੇ ਪਾਣੀ ਲਾਏ ਹੋਣਗੇ, ਉਹਨਾਂ ਨੂੰ ਪਤਾ ਹੋਊਗਾ ਵੀ ਫਸਲ ਦਾ ਰੇਟ ਕਿਵੇਂ ਹੁੰਦਾ ਤੇ ਫਸਲ ਉਗਦੀ ਕਿਵੇਂ ਹੈ। ਠੀਕ ਹੈ ਨਾ, ਸੋ ਚਾਵਲਾਂ ਨਾ ਮਾਰਿਆ ਕਰੋ, ਆਪਦਾ ਕੰਮ ਕਰੋ। ਪਾਣੀ ਪੂਣੀ ਡਾ ਕੇ ਨਾ ਪੱਠੇ ਪਾਉਂਦਾ ਵਾ ਅਤੇ ਫਿਰ ਤਾਂ ਆਪਣਾ ਕੱਢ ਕੇ ਫਿਰ ਚੱਲਦੇ ਹਾਂ। ਮੇਰਾ ਪਾਣੀ ਲਾਤਾ ਪੱਠੇ ਵਾਸਤੇ ਆ, ਅਲਵੇ ਦੇ ਧਾਰ ਕੱਢਣ, ਮੈਂ ਸ਼ਾਰਟ ਕਰ ਦੂੰਗਾ ਇਹਦੇ ਪਿੱਛੇ ਅਤੇ ਸ਼ਾਰਟ ਸ਼ੂਟ ਕਰ ਕੇ ਨਾ ਧਾਰਾਂ ਧੁਰਾਂ ਚੋ ਕੇ ਮਿਲਦੇ।
Thank you.
ਅੰਦਰ ਕਰ ਦਿੰਦਾ ਤੇ ਜਾ ਕੇ ਨਹਾਉਣਾ, ਨਹਾ ਕੇ ਰੋਟੀ ਰੋਟੀ ਖਾਣਾ, ਬਾਕੀ ਹੁਣ ਚੱਲਦਾ ਤੇ ਮੈਂ ਟਰੈਕਟਰ ਖਿਲਾਰ ਦਿੱਤਾ। ਆਪੇ ਦੇਖ ਲਓ ਕਿੰਨਾ ਗੰਦਾ ਹੋਇਆ, ਕੈਮਰਾ ਵੀ ਬੜਾ ਗੰਦਾ ਹੋਇਆ, ਤੇ ਦੇਖ ਦੇਣਾ ਕੀ ਮੱਤ ਵੱਜ ਗਈ ਟਰੈਕਟਰ ਦੀ। ਬਾਕੀ ਮੇਰੀ ਵੀ ਦੇਖ ਲਓ ਕਿੰਨੀ ਕੁ ਮੱਤ ਵੱਜੀ, ਤੇ ਮੈਂ ਹੁਣ ਜਾ ਕੇ ਨਹਾਉਂਦਾ ਵਾ ਤੇ ਘੱਟਾ ਹੀ ਘੱਟਾ ਘੱਟਾ ਫਸ ਗਿਆ ਵਿੱਚ ਵੀ। ਬਾਕੀ ਇਹਨੂੰ ਸਮਾਨ ਧੋ ਦੇਣਾ ਆਪਾਂ, ਟਰੈਕਟਰ ਖਲੋਤਾ ਵੀ ਟੇਢਾ ਜਿਹਾ ਹੀ ਆ, ਅੱਗੇ ਨੇ ਇੱਧਰ ਨੂੰ ਕਰਕੇ ਖਿਲਾ ਰਹੇ ਜਿੱਧਰ ਨੂੰ ਖਲੋ ਗਿਆ। ਅਤੇ ਬਾਕੀ ਹੁਣ ਮੈਂ ਚੱਲਦਾ ਘਰ ਨੂੰ, ਸਵੇਰ ਨੂੰ ਇਹਨੂੰ ਧੋਂਦੇ ਹਾਂ।